ਦਾਖੇ ਹਲਕੇ ਦੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਆਲੀ ਨੇ ਆਪਦੇ ਐਸਿਡ ਸਟੇਟਮੈਂਟਸ ਜੋ ਚੋਣ ਕਮਿਸ਼ਨ ਕੋਲ ਫਾਈਲ ਕੀਤੇ ਨੇ ਆਪਦੀ ਜਾਇਦਾਦ ਬਹੁਤ ਥੋੜ੍ਹੀ ਲਿਖਾਈ ਹੋਈ ਆ ਲੋਕ ਤਾਂ ਹਲਕੇ ਦਾਖੇ 'ਚ ਇਹ ਗੱਲਾਂ ਕਰਦੇ ਨੇ ਅਤੇ ਜੋ ਉਹਦੇ ਕੋਲ ਗੱਡੀਆਂ ਦਾ ਮੁੱਲ ਜ਼ਿਆਦਾ ਆ ਅਤੇ ਐਸਿਡਸ ਬਹੁਤ ਘੱਟ ਲਗਾਏ ਹੋਏ ਨੇ ਮਨਪ੍ਰੀਤ ਆਲੀ ਨੇ ਵੱਡੇ ਪੱਧਰ 'ਤੇ ਠੱਗੀ ਦੇ ਠੋਰੀ ਨਾਲ ਆਪਦੀ ਜਾਇਦਾਦ ਬਣਾਈ ਆ ਇਹ ਬੜੇ ਲੰਬੇ ਸਮੇਂ ਤੋਂ ਹਲਕੇ ਦੇ ਵਿੱਚ ਰੂਮਰ ਚੱਲ ਰਿਹਾ ਸੀਗਾ ਚੋਣ ਅਨਾਊਂਸਮੈਂਟ ਤੋਂ ਬਾਅਦ ਬਹੁਤ ਸਾਰੇ ਲੋਕ ਹੁੰਦੇ ਨੇ ਬਹੁਤ ਸਾਰੇ ਲੋਕ ਮੇਰੇ ਕੋਲ ਆਪਦੇ ਖਬਰ ਲੈ ਕੇ ਆਉਂਦੀ ਹੈ ਖਿਆਲ ਲੈ ਕੇ ਆਉਂਦੇ ਨੇ ਜਨਤਾ ਦੀ ਆਵਾਜ਼ ਨਿਕਲ ਰਹੀ ਆ ਮਨਪ੍ਰੀਤ ਆਲੀ ਦੀ ਸਾਰੀ ਜਾਇਦਾਦ ਇਨਵੈਸਟੀਗੇਟ ਹੋਣੀ ਚਾਹੀਦੀ ਆ ਜੋ ਉਹਨੇ ਬੇਈਮਾਨੀ ਨਾਲ ਜਾਇਦਾਦ ਬਣਾਈ ਆ ਠੱਗੀਆਂ ਨਾਲ ਬਣਾਈ ਆ ਲੋਕਾਂ ਨੂੰ ਧਮਕਾ ਕੇ ਜਾਇਦਾਦ ਬਣਾਈ ਆ ਮੇਰੇ ਕੋਲ ਅੱਜ ਤਿੰਨ ਪਾਰਟੀਆਂ ਨੇ ਬੀਬੀ ਅਮਰਜੀਤ ਕੌਰ ਪੁਸ਼ਪਿੰਦਰ ਸਿੰਘ ਅਤੇ ਨਵਜੀਤ ਸਿੰਘ ਇਹ ਤੁਹਾਨੂੰ ਆਪਦੀ ਕਹਾਣੀ ਆਪ ਦੱਸਣਗੇ ਬਈ ਮਨਪ੍ਰੀਤ ਆਲੀ ਨੇ ਸਰਕਾਰੀ ਪ੍ਰਭਾਵ ਦੇ ਨਾਲ ਕਿਵੇਂ ਜਨਤਾ ਦੇ ਨਾਲ ਠੱਗੀਆਂ ਕੀਤੀਆਂ ਪੁਸ਼ਪਿੰਦਰ ਸਿੰਘ ਸਨ ਆਫ ਸਰ ਕਰਨੈਲ ਸਿੰਘ ਬੱਲੋਵਾਲ ਦਾ ਰਹਿਣ ਵਾਲਾ ਹਾਂ ਮੇਰੇ ਨਾਲ ਇਹਨਾਂ ਨੇ ਇੰਨਾ ਧੱਕਾ ਕੀਤਾ ਜਿਹੜੇ ਬਾਰੇ ਤੁਸੀਂ ਜਾ ਕੇ ਪਿੰਡ ਮੇਰੇ ਪਿੰਡ ਜਾ ਕੇ ਦੇਖੋ ਬੱਚੇ ਤੋਂ ਪਤਾ ਕਰ ਸਕਦਾ ਮੇਰੇ ਬਜ਼ੁਰਗ ਨੂੰ 19 ਕਿੱਲੇ ਮਿਲੇ ਆ ਮੇਰੇ ਨਾਲ 9 ਤੇ ਸਵਾ 11 ਕਿੱਲੇ ਹੋਏ ਆ ਫਰਦਾ ਮੇਰੇ ਕੋਲ ਆ ਇੰਤਕਾਲ ਮੇਰੇ ਕੋਲ ਜੇ ਫਾਰਮ ਮੇਰੇ ਕੋਲ ਆ ਮੈਂ ਪਟਵਾਰੀਆਂ ਕੋਲ ਮੈਂ ਜਾ ਕੇ ਦੇਖਿਆ ਉੱਥੇ ਧੱਕੇ ਨਾਲ ਇਹਨਾਂ ਨੇ ਲਿਖਾਇਆ ਹੋਇਆ ਕਿ ਇੱਥੇ ਫਲਾਨਾ ਧਮਕਾਨਾ ਅਤੇ ਜਦੋਂ ਮੈਂ ਜਾਲੀ ਕੋਲ ਗਿਆ ਤਾਂ ਜਾਲੀ ਨੇ ਸ਼ਰੇਆਮ ਮੈਨੂੰ ਕਿਹਾ ਵੀ 11.25 ਜਿਹੜੇ ਕਿੱਲੇ 11 ਲੱਖ ਨੂੰ ਦੇ ਦੇ ਜੇ ਜਿੰਨਾ ਬੰਦਿਆਂ ਵਾਂਗੂ ਦੇ ਦੇ ਨਹੀਂ ਦੂਜੇ ਲੋਟ ਮੈਨੂੰ ਲੈਣ ਆਉਂਦੇ ਆ ਉਹਦੇ ਬਾਅਦ ਮੈਂ ਅਖਬਾਰ 'ਚ ਇੱਕ ਇਸ਼ਤਿਹਾਰ ਪੜ੍ਹਿਆ ਜੋ ਬਾਈ ਜੀ ਜੱਸੀ ਜੀ ਨੇ ਲਿਖਿਆ ਸੀ ਵੀ ਭਾਈ ਕਿਸੇ ਨਾਲ ਨਾ ਇਨਸਾਫੀ ਹੋ ਰਹੀ ਆ ਮੇਰੇ ਕੋਲ ਆ ਕੇ ਮਿਲੋ ਮੈਂ ਇਹਨਾਂ ਕੋਲ ਆਇਆ ਤਾਂ ਇਹ ਹੀ ਇੱਕ ਸ਼ਖਸ ਸੀ ਇਹੀ ਇੱਕ ਸ਼ਖਸ ਸੀ ਜਿਨ੍ਹਾਂ ਨੇ ਆ ਕੇ ਕਿਹਾ ਵੀ ਭਾਈ ਮੈਨੂੰ ਬੜਾ ਅਫਸੋਸ ਹੋਇਆ ਕਿ ਦੋ ਭਰਾ ਆਪਸ ਲੜਦੇ ਆ ਪਰ ਕੋਸ਼ਿਸ਼ ਕਰੋ ਜੇ ਤੁਹਾਡਾ ਪਿਆਰ ਮਿਲ ਜੇ ਮੈਂ ਸਾਰੀ ਆ ਕੇ ਫਰਿਆਦ ਕੀਤਾ ਮੈਂ ਕਿਹਾ ਬਾਈ ਜੀ ਆ ਮੇਰੇ ਕਾਗਜ਼ ਦੇਖ ਲਓ ਸਾਰਾ ਕੁਝ ਦੇਖ ਲਓ ਤੁਸੀਂ ਦੇਖੋ ਇਹ ਕਹਿੰਦਾ ਮੈਨੂੰ ਪਹਿਲਾਂ ਸੱਚਾਈ ਦੇਖਣ ਦਿਓ ਇਹਨਾਂ ਨੇ ਕਿਹਾ ਦੋ ਤਿੰਨ ਦਿਨਾਂ ਵਿੱਚ ਮੈਨੂੰ ਕਾਲ ਕੀਤਾ ਇਹ ਕਹਿੰਦੇ ਕਾਕਾ ਬਿਲਕੁਲ ਤੂੰ ਸੱਚ ਆਏਗਾ ਤੁਸੀਂ ਇਹ ਦੇਖੋ ਕਿ ਮੇਰੇ ਬਜ਼ੁਰਗ ਦੇ ਬਚਪਨ 'ਚ ਹੀ ਉਹਨਾਂ ਦੇ ਬਜ਼ੁਰਗ ਮਰ ਗਏ ਉਹਨਾਂ ਨੇ ਆਪਦੇ 4 ਭਰਾ ਵਿਆਹੇ 3 ਭੈਣਾਂ ਵਿਆਹੀਆਂ 7 ਮੁੰਡੇ ਭਰਾਇਆ ਸੀ 7 ਭਰਾ ਹੈਗੇ ਆ ਜੀ 3 ਭੈਣਾਂ ਵਿਆਹੀਆਂ ਤੁਸੀਂ ਦੱਸੋ ਉਹ ਬੰਦੇ ਕਿੰਨਾ ਦਮ ਵਾਲਾ ਹੋਊਗਾ ਜਿਹਨੂੰ ਅੱਜ ਰੋਲਤਾ ਸਾਡੇ ਪਰਿਵਾਰ ਦੇ ਸੰਬੰਧ ਬਾਦਲ ਸਾਹਿਬ ਨਾਲ ਵੀ ਹੈਗੇ ਆ ਮੇਰੀ ਚਾਚੀ ਲਾਲੀ ਬਾਦਲ ਦੀ ਸਕੀ ਭੈਣ ਹੈਗੀ ਆ ਫਿਰ ਵੀ ਮੇਰਾ ਕਦੋਂ ਕਬਜ਼ਾ ਹੋਇਆ ਤੁਹਾਡੀ ਇਹ ਮੇਰੇ ਲਿਖਿਆ ਹੋਇਆ ਜੀ ਮੇਰੇ ਕੋਲ ਹਿਊਮਨ ਰਾਈਟਸ ਤੋਂ ਵੀ ਆ ਚਿੱਠੀਆਂ ਆਈਆਂ ਹੋਈਆਂ ਮੈਂ ਹਿਊਮਨ ਰਾਈਟਸ ਕੋਲ ਪੇਸ਼ ਹੋਇਆ ਜੀ ਮੈਂ ਆਪਦਾ ਪੇਸ਼ ਹੋਇਆ ਪ੍ਰੈਜ਼ੀਡੈਂਟ ਕੋਲ ਵੀ ਚਿੱਠੀ ਪਾਈ ਮੇਰੇ ਕੋਲ ਪਹਿਲਾਂ ਮੇਰੇ 'ਤੇ ਇਹਨਾਂ ਨੇ ਕਬਜ਼ਾ ਕਰਨ ਦੀ ਕੀਤੀ 24/6/2011 ਨੂੰ ਸੈਕਿੰਡ ਇਹਨਾਂ ਨੇ ਕੀਤਾ 8/6/2000 ਨੂੰ ਵੀ 23/7/2000 ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਇਹ ਮਨਪ੍ਰੀਤ ਸਿੰਘ ਜਾਲੀ ਨੇ ਜੀ ਮਨਪ੍ਰੀਤ ਸਿੰਘ ਜਾਲੀ ਨੇ ਸ਼ਰੇਆਮ ਸਾਡੇ ਪਰਚਾ ਕਰਾ ਕੇ ਅਤੇ ਸ਼ਰੇਆਮ ਫੋਨ ਕੀਤੇ ਕਹਿੰਦੇ ਬੰਦਿਆਂ ਵਾਂਗੂ ਉਹਨੂੰ ਚੱਕ ਲਓ ਚੱਕ ਕੇ ਕੁੱਟੋ ਮਾਰੋ ਇਹਨਾਂ ਦੀ ਜ਼ਮੀਨ ਜ਼ਿਆਦਾ ਲੱਖਾਂ ਲਓ ਹੁਣ ਕੀ ਸਟੇਟਸ ਹੈ ਤੁਹਾਡੀ ਹੁਣ ਸਟੇਟਸ ਇਹ ਹੈ ਜੀ ਇਹਨਾਂ ਨੇ ਇੱਕ ਜਾਲੀ ਸਰਟੀਫਿਕੇਟ ਜਾਲੀ ਇਕਰਾਰਨਾਮਾ ਬਣਾ ਲਿਆ ਜਿਹਦੀ ਮੇਰੇ ਕੋਲ ਫੋਟੋ ਕਾਪੀ ਖਾਲੀ ਦੀ ਵੀ ਹੈਗੀ ਆ ਉੱਥੇ ਲਿਖਾਇਆ ਵੀ ਬਿਆਨਾ ਕੀਤਾ ਮੈਂ ਇਹਨਾਂ ਨੂੰ ਸ਼ਰੇਆਮ ਗੱਲ ਕਿਹਾ ਵੀ ਤੁਸੀਂ ਮੈਂ ਜੇ ਬਿਆਨਾ ਕੀਤਾ 2008 ਤੋਂ ਮੈਂ ਬਿਆਨਾ ਕੀਤਾ ਨਾ ਮੈਨੂੰ ਪੈਸੇ ਦਿੱਤੇ ਨਾ ਤੁਸੀਂ ਕੁਝ ਕੀਤਾ ਤੁਸੀਂ ਮੇਰੀ ਜ਼ਮੀਨ ਦੇ ਕਿਵੇਂ ਮਾਰ ਤੁਸੀਂ ਜਾ ਕੇ ਬੱਲੋਵਾਲ ਜਾ ਕੇ ਦੇਖ ਲਓ ਜੀ ਮੇਰੀ ਪੁਲਿਸ ਨੇ ਕੋਈ ਹੈਲਪ ਨਹੀਂ ਕੀਤੀ ਪੁਲਿਸ ਉਲਟਾ ਮੈਨੂੰ ਪੁਲਿਸ ਆ ਕੇ ਕਹਿੰਦੀ ਪੁਲਿਸ ਕਹਿੰਦੀ ਬਾਈ ਜੀ ਬਹਿ ਜਾਓ ਜਾਲੀ ਸਾਹਿਬ ਆਉਣਗੇ ਫੈਸਲਾ ਕਰਨਗੇ ਜੇ ਸ਼ਾਸਨ ਹੀ ਐਵੇਂ ਕਰੂਗਾ ਤਾਂ ਦੂਜੇ ਨੂੰ ਆਪਾਂ ਕੀ ਕਹਾਂਗੇ SSP ਕੋਲੇ ਗਏ ਜਗਰਾਓ ਕੋਲੇ ਉਹ ਕਹਿੰਦਾ ਬਹਿ ਜਾਓ ਜੀ ਕਹਿੰਦਾ ਮੈਂ ਤਾਂ ਕੁਝ ਨਹੀਂ ਕਰਦਾ ਤਾਂ ਜੋ ਕੁਝ ਕਰਦਾ ਜਾਲੀ ਕਰਦਾ ਹੁਣ ਮੇਰੀ ਐਪਲੀਕੇਸ਼ਨ ਪੈਲ ਆਈ ਹੋਈ ਆ ਪੈਲ ਆਈ ਹੋਈ ਆ ਜਦੋਂ ਪੈਲ ਆਏ ਪੈਲ ਵਾਲੇ ਕੋਲ ਗਏ ਕਹਿੰਦਾ ਜਦੋਂ ਜਾਲੀ ਕਰੂਗਾ ਵੀ ਅਸੀਂ ਤਾਂ ਉਹਦੇ ਪੁਤਲੇ ਹੈਗੇ ਆ ਨਹੀਂ ਸਾਡੀ ਬਦਲੀ ਕਰਾ ਦੂਗਾ ਤੁਸੀਂ ਦੇਖੋ ਜੇ ਬੰਦਾ ਐਵੇਂ ਹੀ ਕਰੂਗਾ ਤਾਂ ਅਸੀਂ ਕਿੱਥੇ ਸੇਫ ਆ ਫਿਰ ਮੈਂ ਪ੍ਰੈਜ਼ੀਡੈਂਟ ਨੂੰ ਚਿੱਠੀ ਲਿਖੀ ਸੋ ਧੱਕਾ ਸਾਰਾ ਕਿਹਨੇ ਕਰਾਇਆ ਮਨਪ੍ਰੀਤ ਸਿੰਘ ਜਾਲੀ ਨੇ ਸਾਡੇ ਨਾਲ ਬਹੁਤ ਜ਼ਿਆਦਾ ਹੀ ਧੱਕਾ ਹੋਇਆ ਵਾ ਮਨਪ੍ਰੀਤ ਆਲੀ ਦਾ ਹੱਥ ਵਿੱਚ ਵਾ ਮਨਪ੍ਰੀਤ ਆਲੀ ਨੇ ਸਭ ਕੁਝ ਕਰਿਆ ਮਨਪ੍ਰੀਤ ਆਲੀ ਨੇ ਸਾਨੂੰ ਜ਼ਮੀਨ ਜੀ ਸਾਡੀ ਗੱਲ ਕਰਦੇ ਸੀ ਧੱਕੇ ਨਾਲ ਸਾਡੀ ਜ਼ਮੀਨ ਬਣੀ ਸਾਡੇ ਚਾਚਾ ਜੀ ਨੇ ਦਿੱਤੀ ਸੀਗੀ ਸਾਨੂੰ 12 ਕਿੱਲੇ ਜ਼ਮੀਨ ਦੇ ਦਿੱਤੇ ਸੀ ਸਾਰੀ ਉਹਨੇ ਖੋਲੀ ਆ ਕਦੋਂ 2010 ਸਾਨੂੰ ਕੋਈ ਪਤਾ ਨਹੀਂ ਸੀਗਾ ਸਾਡੇ ਬੰਦਿਆਂ ਨੇ ਅੰਦਰ ਕਰਨਗੇ ਸੁੱਤੇ ਪਏ ਆ ਕੇ ਚੱਕ ਲਏ ਉਹਨਾਂ ਨੇ ਬੰਦੇ ਮਨ ਜਦੋਂ ਸਾਨੂੰ ਸੱਦਿਆ ਉੱਥੇ ਮੁੰਡਾ ਪਰ ਦਫ਼ਤਰ ਦੇ ਵਿੱਚ ਮਨਪ੍ਰੀਤ ਨੇ ਇਹ ਕਿਹਾ ਵੀ ਪੈਲੀ ਤੁਹਾਨੂੰ ਮਿਲਣੀ ਨਹੀਂ ਹੈਗੀ ਪੈਲੀ ਨਾ ਤੁਸੀਂ ਭਾਲੋ ਪੈਲੀ ਪੈਸੇ ਲੈ ਲਓ ਕਿੰਨੇ ਚਾਹੀਦੇ ਆ ਪੈਲੀ ਲੈਣੀ ਆਪਦੀ ਪੈਲੀ ਬਣਾਉਂਦਾ ਲੋਕਾਂ ਦੀਆਂ ਗਰੀਬਾਂ ਦੀ ਦਫ਼ਤਰ 'ਚ ਗੱਲਬਾਤ ਹੋਈ ਹੈ ਜੀ ਦਾ ਨਾਮ ਤਾਰੂ ਸਿੰਘ ਪਿੰਡ ਮੇਰਾ ਮਲਕਪੁਰ ਬੇਟਾ ਮੇਰੀ ਪੜੈਣ ਜ਼ਮੀਨ ਹੈ ਜੀ 3 ਕਿੱਲੇ ਹਾਂਜੀ
ਉੱਥੇ ਦਾ ਬਾਅਦ ਅਕਾਲੀ ਸਰਪੰਚ ਜਸਪੰਤ ਸਿੰਘ ਉਹਨੇ ਕਹਿੰਦਾ ਸਾਥੀਆਂ ਨਾਲ ਰਲ ਕੇ ਮੇਰੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਤਾ ਕੰਧ ਕਰਾ ਤੀ ਉਹਨਾਂ ਨੇ ਹਾਂਜੀ ਮੈਨੂੰ ਜਦੋਂ ਮੈਂ ਜਾ ਕੇ ਰੋਕਿਆ ਉਹਨਾਂ ਨੂੰ ਉਹਨੇ ਜੀ ਮੈਨੂੰ ਚੱਕ ਕੇ 8-9 ਘੰਟੇ ਭੂੰਦੜੀ ਬੰਦ ਕਰਤਾ ਕਰਕੇ ਬੰਦ ਉਸ ਤੋਂ ਬਾਅਦ ਉਸਨੂੰ ਛੱਡਣ ਨੂੰ ਕਿਹਾ ਮੇਰੇ ਪਿੰਡ ਦਾ ਸਰਪੰਚ ਆਇਆ ਉਹ ਕਹਿੰਦਾ ਜੀ ਤਾਂ ਛੱਡਾਂਗੇ ਜੇ ਮਨਪ੍ਰੀਤ ਜਾਲੀ ਪਊਗਾ ਹਾਂਜੀ ਚਲੋ ਜੀ ਸ਼ਾਮ ਨੂੰ ਮੈਨੂੰ 9 ਵਜੇ ਛੱਡਿਆ ਦੂਏ ਦਿਨ ਅਸੀਂ ਗਏ ਭੂੰਦੜੀ ਅਤੇ ਸਿੱਧਵਾਂ ਪੇਟ ਉਹ ਜੀ ਅਸਰ ਉਹਨੇ ਸਾਨੂੰ ਗੇਟ 'ਤੇ ਆ ਕੇ ਨਾਲ ਮੇਰੀ ਬੇਨਤੀ ਕੀਤੀ ਨਾਲ ਮੇਰੀ ਪੰਚਾਇਤ ਦੀ ਹੈ ਜੀ ਕੋਈ ਸੁਣਾਈ ਨਹੀਂ ਹੋਏਗੀ ਮੇਰੀ ਜਾਣੀ ਮੇਰੀ ਐਪਲੀਕੇਸ਼ਨ ਵਾਲੇ ਜਗਰਾਉਂ ਪਈ ਆ ਕੋਈ ਸੁਣਾਈ ਨਹੀਂ ਹੋਈ ਉਹ ਮੈਨੂੰ ਹਲੇ ਸਾਰੇ ਧਮਕੀਆਂ ਦੇਈ ਜਾਂਦੇ ਕਹਿੰਦੇ ਜੇ ਤੂੰ ਬੰਦਾ ਬਣਨਾ ਤਾਂ ਬਣ ਜਾਣੀ ਤੈਨੂੰ ਅਸੀਂ ਕੋਈ ਰੋਡ ਬੰਦਾ ਕੌਣ ਧਮਕੀ ਦਿੰਦਾ ਸਰਪੰਚ ਆ ਗਈ ਜਸਵੰਤ ਸਿੰਘ ਲੈਣ ਦਾ ਉਹਦੇ ਪਿੱਛੇ ਕੌਣ ਉਹਦੇ ਪਿੱਛੇ ਵਾਲੀ ਆ ਜੀ ਮਨਪ੍ਰੀਤ ਵਾਲੀ ਜੀ ਤੁਹਾਡੇ ਕੋਲ ਪੇਸ਼ ਕੀਤੇ ਨੇ 3 ਹਲਕੇ ਦਾਖੇ ਦੇ ਕੇਸ ਬਹੁਤ ਸਾਰੇ ਕੇਸ ਨੇ ਜਨਤਾ ਦੀ ਆਵਾਜ਼ ਨਿਕਲ ਰਹੀ ਆ ਬਹੁਤ ਸਾਰੇ ਲੋਕ ਸਿਰਫ ਰਿਜ਼ਲਟ ਉਡੀਕ ਰਹੇ ਨੇ ਰਿਜ਼ਲਟ ਤੋਂ ਬਾਅਦ ਤੁਸੀਂ ਦੇਖੋਗੇ ਵੀ ਜੋ ਜਾਇਦਾਦ ਮਨਪ੍ਰੀਤ ਰਾਲੀ ਨੇ ਬਣਾਈ ਆ ਇਹ ਬਾਹਲੀ ਜਾਇਦਾਦ ਦਾ ਠੱਗੀ ਅਤੇ ਥੋੜ੍ਹੀ ਨਾਲ ਬਣਾਈ ਹੈ ਲੋਕਾਂ ਦੇ ਜ਼ਮੀਨਾਂ ਦੇ ਕਬਜ਼ੇ ਕਰਕੇ ਲੋਕਾਂ ਦੇ ਪਲੋਟਾਂ ਦੇ ਕਬਜ਼ੇ ਕਰਕੇ ਇਹੋ ਜਿਹੇ ਸਿਆਸਤਦਾਨਾਂ ਦੀ ਪੰਜਾਬ ਨੂੰ ਨਹੀਂ ਲੋੜ ਇਹੋ ਜਿਹੇ ਸਿਆਸਤਦਾਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਮੈਨੂੰ ਪੂਰਾ ਵਿਸ਼ਵਾਸ ਆ ਵੀ ਹਲਕੇ ਦਾਖੇ ਦੇ ਲੋਕ ਮਨਪ੍ਰੀਤ ਰਾਲੀ ਜਿਹਦੀ ਸੋਚ ਹੈਗੀ ਆ ਮਾੜੀ ਜਿਹਨੇ ਜਾਇਦਾਦ ਬਣਾਈ ਆ ਲੋਕਾਂ ਦੀਆਂ ਜ਼ਮੀਨਾਂ ਲੁੱਟ ਕੇ ਮੈਨੂੰ ਪੂਰੀ ਆਸ ਆ ਵੀ ਦਾਖੇ ਹਲਕੇ ਲੋਕ ਉਹਨੂੰ ਪੂਰਾ ਜਵਾਬ ਦੇਣਗੇ ਤੁਹਾਡੀ ਸਰਕਾਰ ਨੂੰ ਜਾਂਚ ਕਰਾਓਗੇ ਜਦੋਂ ਸਰਕਾਰ ਬਣੂਗੀ ਕਾਂਗਰਸ ਸਰਕਾਰ ਬਣੂਗੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਗੇ ਇਹ ਸਾਰੇ 3 ਜੋ ਕੰਪਲੇਂਟਸ ਅੱਜ ਪੇਸ਼ ਹੋਈਆਂ ਇਹਨਾਂ ਦੀ ਅਸੀਂ ਪੂਰੀ ਇੰਕੁਆਇਰੀ ਕਰਾਵਾਂਗੇ ਅਤੇ ਇਹਨਾਂ ਦਾ ਹੱਕ ਪੂਰਾ ਕਰਾਂਗੇ ਸਾਰੀ ਜਾਇਦਾਦ ਬੇਈਮਾਨੀ ਨਾਲ ਬਣਾਈਆਂ ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ ਜੀ ਕਿੱਥੇ ਸੀ ਯਾਰੀ ਅੱਜ ਕਿੱਥੇ ਸਹੀ ਗੱਲ ਆ ਪੋਸਟਮੈਨ ਆ ਜੀ ਸੁਖਬੀਰ ਬਾਦਲ